ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਟ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕੇ ਹੈ ਜੀ ਪੰਜਾਬ ਜਲ ਵਿਭਾਗ ਦੇ ਵਿੱਚ ਨਵੀਂ ਭਰਤੀ ਜਿਹੜੀ ਹੈ ਜੀ ਉਹ ਆਊਟ ਕੀਤੀ ਗਈ ਹੈ ਇਹਦੇ ਲਈ ਕਿੱਦਾਂ ਤੁਸੀਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਮੈਂ ਇਸ ਵੀਡੀਓ 'ਚ ਤੁਹਾਨੂੰ ਦਵਾਵਾਂਗਾ ਹਰ ਇੱਕ ਚੀਜ਼ ਡਿਸਕ੍ਰਿਪਸ਼ਨ 'ਚ ਦੱਸਾਂਗਾ ਤੁਹਾਨੂੰ ਡਿਸਕ੍ਰਾਈਬ ਕਰਕੇ ਕਿ ਕੀ-ਕੀ ਤੁਹਾਨੂੰ ਇਹਦੇ ਵਿੱਚ ਜਿਹੜਾ ਹੈ ਜੀ ਰਿਕੁਆਇਰਮੈਂਟ ਰਹਿਣਗੀਆਂ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਦੇ ਹੋਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਅਗਰ ਫਸਟ ਟਾਈਮ ਆਇਓ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ पाओ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਕਈ ਵੈਕੈਂਸੀਜ਼ ਆਊਟ ਹੋਈਆਂ ਨੇ ਜਿਨ੍ਹਾਂ ਨੂੰ ਤੁਸੀਂ meetacademy.xyz ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਜੀ ਸੋ ਇਹ ਨੋਟੀਫਿਕੇਸ਼ਨ ਜਿਹੜਾ ਹੈ ਜੀ ਉਹ ਆਊਟ ਕੀਤਾ ਗਿਆ ਹੈ ਦੀਨ ਸਵਾਵਾ ਚੋਨ ਬੋਰਡ ਵਨ ਪਵਨ ਸੈਕਟਰ 3rd ਐਸਐਸ ਨਗਰ ਮੁਹਾਲੀ ਵੱਲੋਂ ਸੋ ਇਸ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਇਸ ਦੇ ਵਿੱਚ ਅਪਲਾਈ ਕਰਨਾ ਜਿਹੜਾ ਹੈ ਜੀ ਸਪੋਸ ਦੇ ਲਈ ਆਲਰੇਡੀ ਸਟਾਰਟ ਹੋ ਚੁੱਕਾ ਹੈ 26 ਨੋ 2023 ਤੱਕ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਤੇ ਫੀਸ ਭਰਨ ਦਾ ਲਾਸਟ ਟਾਈਮ ਜਿਹੜਾ ਦਿੱਤਾ ਗਿਆ ਹੈ ਉਹ 28 ਨੋ 2023 ਹੈ ਸੋ ਇਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਦੇ ਵਿੱਚ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਅਲੱਗ-ਅਲੱਗ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਜੂਨੀਅਰ ਇੰਜੀਨੀਅਰ ਦੀਆਂ ਵੈਕੈਂਸੀਜ਼ ਨੇ ਜੋ ਕਿ ਮੁੱਖ ਇੰਜੀਨੀਅਰ ਡਿਪਾਰਟਮੈਂਟ ਦੀ ਗੱਲ ਕਰੀਏ ਮੁੱਖ ਇੰਜੀਨੀਅਰ ਹੈੱਡਕੁਆਰਟਰ ਅਤੇ ਡਿਸਟ੍ਰੀਬਿਊਟ ਰੈਗੂਲਰ ਰੈਗੂਲੇਜੇਸ਼ਨ ਜਲ ਸਰੋਤ ਵਿਭਾਗ ਪੰਜਾਬ ਵੱਲੋਂ ਆਊਟ ਕੀਤਾ ਗਿਆ ਹੈ ਜਿਸ ਦੇ ਵਿੱਚ ਟੋਟਲ 56 ਵੈਕੈਂਸੀ ਟੋਟਲ ਜਿਹੜੀ 127 ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ ਜਿਦੇ ਵਿੱਚੋਂ 38 ਵੈਕੈਂਸੀਜ਼ ਜਿਹੜੀਆਂ ਨੇ ਉਹ ਫੀਮੇਲ ਦੇ ਲਈ ਜਿਹੜੀਆਂ ਨੇ ਉਹ ਰਿਜ਼ਰਵ ਰੱਖੀਆਂ ਗਈਆਂ ਨੇ ਸੋ ਇਸ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਇਹਨਾਂ ਦੀ ਕੈਟਾਗਰੀ ਵਾਈਜ਼ ਜਿਹੜਾ ਇਹਨੂੰ ਪਾਈ ਫਰਕੀਡ ਕੀਤਾ ਹੋਇਆ ਹੈ ਸੋ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੇ ਜਿਹੜੇ ਕੈਂਡੀਡੇਟ ਦੇ ਲਈ ਐਲੀਜੀਬਲ ਨੇ ਅਪਲਾਈ ਜ਼ਰੂਰ ਕਰਨ ਜੀ ਉਸ ਤੋਂ ਬਾਅਦ ਨੈਕਸਟ ਅਗਰ ਦੀ ਗੱਲ ਕਰਦੇ ਆ ਇਸ ਦੇ ਵਿੱਚ ਇਹ ਵੈਕੈਂਸੀਜ਼ ਦੇ ਲਈ ਜਿਹੜਾ ਇਹ ਜੂਨੀਅਰ ਇੰਜੀਨੀਅਰ ਦੇ ਲਈ ਤੁਹਾਡੀ ਸੈਲਰੀ ਜਿਹੜੀ ਰਹਿਣ ਵਾਲੀ ਹੈ 35400 ਜਿਹੜੀ ਹੈ ਜੀ ਉਹ ਰਹੇਗੀ ਜੋ ਕਿ 7 CPC ਅਕੋਰਡਿੰਗਲੀ ਤੁਹਾਡੀ ਰਹੇਗੀ ਇਸ ਦੇ ਵਿੱਚ ਨੈਕਸਟ ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਜਿੰਨਾ ਕੈਂਡੀਡੇਟਸ ਨੇ ਇਸ ਦੇ ਵਿੱਚ ਮਿਨੀਮਮ 3 ਇਅਰ ਡਿਪਲੋਮਾ ਕੀਤਾ ਹੋਇਆ ਜੂਨੀਅਰ ਇੰਜੀਨੀਅਰ ਸਿਵਲ ਇੰਜੀਨੀਅਰਿੰਗ ਦੇ ਵਿੱਚ ਤਾਂ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਜੀ ਤੇ ਕਿਸੇ ਵੀ ਐਜੂਕੇਸ਼ਨ ਬੋਰਡ ਤੋਂ ਤਾਂ ਅਪਲਾਈ ਕਰ ਪਾਣਗੇ ਇਸੇ ਦੇ ਨਾਲ ਹਾਇਰ ਕੁਆਲਿਫਿਕੇਸ਼ਨ ਜਿੰਨਾਂ ਕੋਲ ਹੈਗੀ ਹੈ ਉਹ ਵੀ ਅਪਲਾਈ ਕਰ ਸਕਦੇ ਸਰੋ ਡਿਗਰੀ ਜਿਹੜੀ ਹੈ ਸਿਵਲ ਦੇ ਵਿੱਚ ਹੋਣੀ ਜ਼ਰੂਰੀ ਹੋਵੇਗੀ ਉਸ ਦੇ ਵਿੱਚ ਜਿਹੜੀਆਂ ਵੈਕੈਂਸੀਸ ਅਲੱਗ-ਅਲੱਗ ਨੇ ਉਹਦੇ ਲਈ ਤੁਹਾਡੀ ਏਜ ਲਿਮਿਟ ਜਿਹੜੀ ਰਹਿਣ ਵਾਲੀ ਹੈ ਜੇ ਉਹ ਦੱਸ ਦਿੰਦੇ ਨੇ 18 ਤੋਂ ਲੈ ਕੇ 37 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ ਇਸ ਦੇ ਵਿੱਚ ਜਿਹੜੇ ਪੰਜਾਬ ਰਾਜ ਦੀ ਅਨੁਸੂਚਿਤ ਜਾਤੀ ਤੇ ਪਛੜੀ ਸ਼੍ਰੇਣੀ ਵਾਲੇ ਕੈਂਡੀਡੇਟਸ ਦੇ ਕੈਟਾਗਰੀ ਵਾਲੇ ਉਹਨਾਂ ਨੂੰ 42 ਸਾਲ ਤੱਕ ਦੀ ਏਜ ਰੈਲੈਕਸੇਸ਼ਨ ਹੈ ਰਾਜ ਦੇ ਕੇਂਦਰੀ ਸਰਕਾਰੀ ਕਰਮਚਾਰੀ ਇਹਨੂੰ ਜਿਹੜੇ ਨੇ ਉਹ 45 ਸਾਲ ਤੱਕ ਹੈ ਜੀ ਦੀ ਜਿਹੜੀ ਸਾਬਕਾ ਫੌਜੀ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਆ ਹੋਵੇਗੀ ਪੋਸਟ ਹੋਵੇਗੀ ਜਿੰਨ ਤੱਕ ਉਹਨਾਂ ਨੇ ਨਿਭਾਈ ਹੈ ਉਹਨੂੰ ਕੱਢ ਕੇ 3 ਸਾਲ ਦੀ ਜਿਹੜੀ ਏਜ ਰੈਲੈਕਸੇਸ਼ਨ ਦਿੱਤੀ ਜਾਵੇਗੀ ਪੰਜਾਬ ਦੇ ਅੰਗਹੀਨ ਕੈਂਡੀਡੇਟਸ ਨੂੰ 47 ਸਾਲ ਤੱਕ ਦੀ ਹੈਗੀ ਹੈ ਜੀ ਡਿਵੋਰਸਿਸ ਕੈਂਡੀਡੇਟ ਨੂੰ ਵੀ ਜਿਹੜੀ ਇੱਥੇ ਸ਼ੂਟ ਹੈ ਉਹ ਮਿਲਦੀ ਹੈ 40 ਸਾਲ ਤੱਕ ਦੀ ਸੋ ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇੱਥੇ ਦਿੱਤੀ ਵੀ ਤੁਹਾਡੀ ਜਿਹੜੀ ਐਪਲੀਕੇਸ਼ਨ ਫੀ ਰਵੇਗੀ ਉਹ 100000 ਰੁਪੀਸ ਦੀ ਰਵੇਗੀ ਜਨਰਲ ਅਤੇ ਖਿਡਾਰੀ ਕੈਂਡੀਡੇਟ ਤੇ ਸਤੰਤਰਤਾ ਸੰਗਰਾਮੀ ਕੈਂਡੀਡੇਟਸ ਦੇ ਲਈ ਉਸ ਤੋਂ ਬਾਅਦ ਐਸਸੀ ਬੀਸੀ ਕੈਂ ਦੇ ਦੋਸਤੋ ਦਿਵਿਆਂਗ ਹੈਂਡੀਕੈਪ ਕੈਂਡੀਡੇਟ ਲਈ 500 ਰੁਪੀ ਜਿਹੜੀ ਹੈ ਜੀ ਉਹ ਅਪਲੀਕੇਸ਼ਨ ਫੀ ਰਹਿਣ ਵਾਲੀ ਹੈ ਸਿਲੈਕਸ਼ਨ ਤੁਹਾਡੀ ਰਿਟਰਨ ਇਗਜ਼ਾਮ ਦੇ थ्रू ਹੋਣ ਵਾਲੀ ਹੈ ਜੀ ਠੀਕ ਹੈ ਜੀ ਇਸ ਦੇ ਵਿੱਚ ਲਿਖਤੀ ਤੁਹਾਡੀ ਪੇਪਰ ਹੋਏਗਾ ਜਿਸ ਦੇ ਮੈਰਿਟ ਲਿਸਟ ਦੇ ਬੇਸਿਸ ਤੇ ਤੁਹਾਡੀ ਸਿਲੈਕਸ਼ਨ ਹੋਣੀ ਹੈ ਔਨਲਾਈਨ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ ਅਪਲਾਈ ਕਰਨ ਦੀ ਪੂਰੀ ਵਿਧੀ ਔਨਲਾਈਨ ਜਿਹੜੀ ਇੱਥੇ ਲਿਖੀ ਹੋਈ ਹੈ ਪੜ੍ਹ ਕੇ ਇੱਕ ਵਾਰੀ ਤੁਸੀਂ ਜ਼ਰੂਰ ਚੈੱਕ ਕਰ ਲੈਣਾ ਜੀ ਸੋ ਬਾਕੀ ਤੁਹਾਨੂੰ ਕੋਈ ਡਾਊਟ ਹੁੰਦਾ ਹੈ ਤਾਂ ਕਮੈਂਟ ਬਾਕਸ ਕਮੈਂਟ ਕਰਕੇ ਦੱਸ ਸਕਦੇ ਹੋ ਲਿੰਕ ਸਾਰੀ ਡਿਸਕ੍ਰਿਪਸ਼ਨ ਚ ਮੈਂ ਦੇ ਦੇਵਾਂਗਾ ਪਲ ਉਹਨਾਂ ਤੇ ਨਾਲ ਸੰਪਰਕ ਕਰਕੇ ਤੁਸੀਂ ਆਪਣੀ ਪ੍ਰੋਬਲਮ ਜਿਹੜੀ ਹੈ ਸੋਲਵ ਕਰ ਸਕਦੇ ਹੋ ਅਗਰ ਅਪਲਾਈ ਕਰਨ ਚ ਵੀ ਕੋਈ ਦਿੱਕਤ ਆ ਰਹੀ ਹੈ ਮਤਲਬ ਕਿਤੇ ਤੁਹਾਨੂੰ ਇਦਾਂ ਲੱਗ ਰਿਹਾ ਹੈ ਕਿ ਕੋਈ 에ਰਰ ਆ ਰਿਹਾ ਹੈ ਤਾਂ ਉਹ ਵੀ ਤੁਸੀਂ ਉਹਨਾਂ ਨੂੰ ਰਿਪੋਰਟ ਕਰ ਸਕਦੇ ਹੋ ਸੋ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਜੀ ਜੋ ਕਿ ਐਸਐਸਨ ਅਤੇ ਮੁਹਾਲੀ ਵੱਲੋਂ ਆਊਟ ਕੀਤਾ ਗਿਆ ਹੈ ਪੀਡਰ ਪਲੱਸ ਵੀ ਵੱਲੋਂ ਤਾਂ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ